ਬੈਗ ਸੀ ਆਪਣਾ। ਐਂਡ ਉਹਨੂੰ ਜਦੋਂ ਸ਼ੈਲਟਰ 'ਚ ਆਈ ਐਂਡ ਉਹਨੂੰ ਪੁੱਛਿਆ ਗਿਆ ਕਿ ਕੋਈ ਸਪੋਰਟ ਚਾਹੀਦੀ ਆ, ਕੋਈ ਮਤਲਬ ਹੋਇਆ ਕੀ ਆ ਨਾ, ਰੀਜ਼ਨ ਕੀ ਹੋਇਆ ਕਿ ਤੈਨੂੰ ਤੂੰ ਇੱਥੇ ਆ ਸ਼ੈਲਟਰ ਦੇ ਵਿੱਚ ਰਾਦਰ ਦੈਨ ਆਪਣੇ ਘਰ ਦੇ ਜਦੋਂ ਤੇਰਾ ਆਪਦਾ ਘਰ ਆ ਇੱਥੇ। ਐਂਡ ਉਹਦਾ ਜਵਾਬ ਸੀਗਾ ਕਿ ਮੇਰੇ ਸਾਰੇ ਕਜ਼ਨਸ ਨੂੰ ਮੈਡੀਕਲ ਸਕੂਲ ਦੇ ਵਿੱਚ, ਜਿਹੜਾ ਕਿ ਇੱਕ ਬਹੁਤ ਹੀ ਇੱਥੇ ਰੈਪੂਟੇਟਿਵ ਕੋਈ ਸਕੂਲ ਆ, ਉੱਥੇ ਐਡਮਿਸ਼ਨ ਮਿਲ ਗਈ ਤੇ ਮੇਰੇ ਮਾਰਕਸ ਘੱਟ ਆਏ ਆ, ਮੈਨੂੰ ਐਡਮਿਸ਼ਨ ਨਹੀਂ ਮਿਲ ਸਕੀ ਤੇ ਮੇਰੇ ਪੇਰੈਂਟਸ ਕਹਿੰਦੇ ਕਿ ਤੂੰ ਘਰੋਂ ਨਿਕਲ ਜਾ। ਹਾਊ ਐਂਬੈਰੈਸਿੰਗ ਇਟ ਇਜ਼ ਜਦੋਂ ਆਪਾਂ ਆਪਣੇ ਬੱਚਿਆਂ ਨੂੰ ਇੱਕ ਸਟੱਡੀ ਦੇ ਕਰਕੇ ਬਾਹਰ ਕੱਢ ਰਹੇ ਹਾਂ। ਐਂਡ ਦੈਨ ਈਵਨ ਦੋ ਸ਼ੀ ਡਿਡ ਹਰ ਗ੍ਰੇਟ ਸਟੱਡੀਜ਼, ਇਹਨਾਂ ਨੇ ਆਪਣੇ ਉਹਨੇ ਮੈਨੂੰ ਦੱਸਿਆ ਕਿ ਮੈਂ ਆਹ ਆਹ ਕੋਰਸਿਸ ਪਹਿਲਾਂ ਕਰ ਚੁੱਕੀ ਹਾਂ ਕਾਲਜ ਦੇ ਵਿੱਚ, ਮੈਂ ਫਾਰਮੇਸੀ ਵਗੈਰਾ ਦੇ ਵਿੱਚ ਸਟੱਡੀ ਕੀਤੀ ਆ, ਲੈਬੋਰਟਰੀ 'ਚ ਸਟੱਡੀ ਕੀਤੀ ਆ, ਵਿਚ ਇਜ਼ ਅਮੇਜ਼ਿੰਗ। ਆਪਾਂ ਉਹਨਾਂ ਨੂੰ ਈਵਨ ਤੋਂ ਸਪੋਰਟ ਕਰਨ ਦੀ ਜਗ੍ਹਾ ਦੇ ਉੱਤੇ ਜਸਟ ਬਿਕੋਜ਼ ਉਹ ਆਪਣੇ ਕਜ਼ਨਸ ਦੇ ਨਾਲ ਕੰਪੀਟੀਸ਼ਨ 'ਚ ਨਹੀਂ ਰਹਿ ਪਾਈ ਤੇ ਆਪਾਂ ਉਹਨੂੰ ਘਰੋਂ ਬਾਹਰ ਕੱਢਣ ਲਈ ਗਏ। ਉਹਦੀ ਜੋ ਇਮੋਸ਼ਨਲ ਬ੍ਰੇਕਡਾਊਨ ਸੀਗਾ ਉਸ ਟਾਈਮ ਦੇ ਉੱਪਰ, ਆਪਣੇ ਪੇਰੈਂਟਸ ਨੂੰ ਲੈ ਕੇ, ਆਪਣੀ ਲਾਈਫ ਨੂੰ ਲੈ ਕੇ, ਆਪਾਂ ਇਮੇਜਿਨ ਵੀ ਨਹੀਂ ਕਰ ਸਕਦੇ ਕਿ ਉਹ ਕਿਸ ਹੱਦ ਤੱਕ ਹੋਏਗਾ। ਜਿਸ ਹਿਸਾਬ ਨਾਲ ਉਹ ਰੋ ਰਹੀ ਸੀ ਤੇ ਉਹਨੇ ਇੰਨੀ ਕੁ ਡਰੀ ਹੋਈ ਸੀ, ਮੈਂ ਕਿੱਥੇ ਆ, ਕਿੱਥੇ ਨਹੀਂ ਹੈਗੀ, ਮੈਂ ਕਿਉਂ ਆ ਇੱਥੇ, ਮੈਂ ਬਾਹਰ ਰਹਿ ਸਕਦੀ ਹਾਂ, ਮੇਰੇ ਕੋਲ ਫੂਡ ਲਈ ਪੈਸੇ ਨਹੀਂ ਹੈਗੇ, ਕੁਛ ਵੀ ਨਹੀਂ ਹੈਗਾ। ਆਪਾਂ ਉਹਨਾਂ ਨੂੰ ਕੇਪੇਬਲ ਨਹੀਂ ਬਣਾਇਆ ਉੱਥੇ, ਆਪਾਂ ਉਹਨਾਂ ਨੂੰ ਸਪੋਰਟ ਨਹੀਂ ਦਿੱਤੀ, ਪਰ ਆਪਾਂ ਉਹਨਾਂ ਨੂੰ ਅਬੰਡਨ ਕਰਤਾ। ਸੋ ਇੱਥੇ ਸਪੋਰਟ ਬਹੁਤ ਜ਼ਰੂਰੀ ਹੁੰਦੀ ਆ, ਇਨ ਇਦਾਂ ਦੀਆਂ ਕੰਡੀਸ਼ਨਸ ਦੇ ਵਿੱਚ ਹੀ ਸਪੋਰਟ ਸਿਸਟਮ ਕੰਮ ਹੁੰਦਾ ਆ। ਜੇ ਤੁਸੀਂ ਸਪੋਰਟ ਨਹੀਂ ਕਰ ਸਕਦੇ ਤਾਂ ਆਪਾਂ ਐਟਲੀਸਟ ਸਪੋਰਟ ਸਿਸਟਮ ਲਈ ਇੱਕ ਤਰ੍ਹਾਂ ਤੋਂ ਹੈਲਪ ਤੇ ਮੰਗ ਸਕਦੇ ਆ। ਆਪਣੀਆਂ ਕਮਿਊਨਿਟੀ ਆਰਗੇਨਾਈਜੇਸ਼ਨਸ ਦੇ ਆਰ ਆਲਵੇਸ ਦੇਅਰ ਟੂ ਸਪੋਰਟ ਜੇ ਕਿਸੇ ਵੀ ਤਰ੍ਹਾਂ ਦੇ ਵਿੱਚ ਆਪਾਂ ਨੂੰ ਕੋਈ ਡਾਊਟ ਪੈਦਾ ਹੁੰਦਾ ਆ। ਜੇ ਆਪਾਂ ਬੱਚਿਆਂ ਦੀ ਸਟੱਡੀ 'ਚ ਹੈਲਪ ਨਹੀਂ ਕਰ ਸਕਦੇ, ਕਈ ਵਾਰੀ ਹੁੰਦਾ ਹੈ ਕਿ ਪੇਰੈਂਟਸ ਇੰਨੇ ਨਹੀਂ ਪੜ੍ਹੇ ਲਿਖੇ ਹੁੰਦੇ ਜਾਂ ਉਹਨਾਂ ਨੂੰ ਨੌਲੇਜ ਨਹੀਂ ਹੁੰਦੀ ਜਿਹੜੇ ਕੋਰਸ ਦੇ ਵਿੱਚ ਬੱਚਾ ਜਾਣਾ ਚਾਹ ਰਿਹਾ ਹੁੰਦਾ ਆ, ਤਾਂ ਆਲਵੇਸ ਹੈਲਪ ਮੰਗ ਸਕਦੇ ਨੇ। ਈਵਨ ਦੋ ਅੱਜ ਕੱਲ੍ਹ ਕਾਲਜਸ ਦੇ ਵਿੱਚ ਵੀ ਪੀਅਰ ਸਪੋਰਟ ਵਰਕਰਸ ਹੁੰਦੇ ਨੇ, ਸਕੂਲ ਸਪੋਰਟ ਵਰਕਰਸ ਹੁੰਦੇ ਜਿਹੜੇ ਕਿ ਬੱਚਿਆਂ ਦੀ ਹੈਲਪ ਕਰਨ ਦੇ ਨਾਲ ਨਾਲ ਪੇਰੈਂਟਸ ਦੀ ਹੈਲਪ ਵੀ ਕਰਦੇ, ਉਹਨਾਂ ਨੂੰ ਗਾਈਡ ਕਰਦੇ ਆ। ਆਈ ਵੁੱਡ ਸੇ ਕਿ ਰਾਦਰ ਦੈਨ ਆਪਾਂ ਬੱਚਿਆਂ ਨੂੰ ਫੋਰਸ ਕਰੀਏ, ਇੱਥੇ ਓਬਵੀਅਸਲੀ ਅੱਜ ਮੈਂ ਮਾਫੀ ਚਾਹੂੰਗੀ ਜੇ ਮੈਂ ਬਹੁਤ ਜ਼ਿਆਦਾ ਬੱਚਿਆਂ ਦੇ ਹੱਕ 'ਚ ਬੋਲ ਰਹੀ ਹਾਂ, ਬਟ ਦਿਸ ਇਜ਼ ਦਾ ਰਿਐਲਿਟੀ। ਜਦੋਂ ਪੇਰੈਂਟਸ ਨੂੰ ਸਪੋਰਟ ਸਿਸਟਮ ਦੀ ਲੋੜ ਹੁੰਦੀ ਹੈ ਤਾਂ ਅਡਲਟਸ ਆ ਦੇ ਕਾਫੀ ਚੀਜ਼ਾਂ ਉਹ ਐਕਸਪਲੋਰ ਕਰ ਲੈਂਦੇ ਆ, ਪਰ ਜਦੋਂ ਬੱਚਿਆਂ ਨੂੰ ਸਪੋਰਟ ਸਿਸਟਮ ਦੀ ਲੋੜ ਹੁੰਦੀ ਹੈ ਤਾਂ ਉੱਥੇ ਮਾਂ ਪਿਓ ਜਿਹੜੇ ਨੇ ਉਹ ਫਸਟ ਪਲੇਸ ਤੇ ਹੁੰਦੇ ਨੇ ਟੀਚਰ ਤੋਂ ਪਹਿਲਾਂ। ਈਵਨ ਦੋ ਉਹ ਟੀਚਰਸ ਤੇ ਵੀ ਇੰਨਾ ਯਕੀਨ ਨਹੀਂ ਕਰਦੇ ਜਿੰਨਾ ਆਪਣੇ ਮਾਂ ਤੇ ਕਰ ਰਹੇ ਹੁੰਦੇ ਨੇ, ਬਾਪ ਤੇ ਕਰ ਰਹੇ ਹੁੰਦੇ, ਰਾਈਟ, ਆਪਣੇ ਘਰ ਤੇ ਆਪਣੀ ਫੈਮਿਲੀ ਦੇ ਉੱਪਰ ਕਰ ਰਹੇ ਹੁੰਦੇ, ਦਾਦਾ ਦਾਦੀ ਦੇ ਉੱਪਰ ਕਰ ਰਹੇ ਹੁੰਦੇ। ਤੇ ਜਦੋਂ ਆਪਾਂ ਨੂੰ ਉੱਥੋਂ ਹੀ ਸਪੋਰਟ ਨਹੀਂ ਮਿਲੇਗੀ ਤਾਂ ਤੁਹਾਡਾ ਬੱਚਾ ਤੁਹਾਡੇ ਕਦੇ ਵੀ ਕਹਿਣੇ 'ਚ ਨਹੀਂ ਹੋਊਗਾ, ਤੁਸੀਂ ਕਦੇ ਵੀ ਆਪਣੇ ਬੱਚੇ ਨਾਲ ਅੱਛੀ ਬੌਂਡਿੰਗ ਨਹੀਂ ਬਣਾ ਕੇ ਰੱਖ ਪਾਓਗੇ। ਸੋ ਅੱਜ ਦੇ ਸੈਸ਼ਨ ਨੂੰ ਕਲਿੱਪ ਨੂੰ ਇੱਥੇ ਖਤਮ ਕਰਦੇ ਹਾਂ, ਇਹਦੇ ਨਾਲ ਹੀ ਸਪੋਰਟ ਸਿਸਟਮ ਦੇ ਨਾਲ ਹੀ। ਨੈਕਸਟ ਟਾਈਮ ਮੈਂ ਲੈ ਕੇ ਹਾਜ਼ਰ ਹੋਵਾਂਗੀ ਕਿ ਕਿੱਦਾਂ ਆਪਾਂ ਹੋਰ ਬੱਚਿਆਂ ਨੂੰ ਇੱਕ ਸਪੋਰਟ ਦੇ ਸਕਦੇ ਹਾਂ ਘਰ ਦੇ ਵਿੱਚ। ਥੈਂਕ ਯੂ।